ਆਓ ਜੀ ਤੁਹਾਨੂੰ ਆਪਣੇ ਪੁਰਾਣੇ ਦੋਸਤਾਂ ਨਾਲ ਮਿਲਾਉਂਦੇ ਹਾਂ। ਇਹ ਵੀ ਮਾਸ਼ਾਅੱਲਾ ਫੁੱਲ ਹੈਲਦੀ ਤੇ ਆਖਿਆ ਉਹਨੇ। ਇਹ ਹਮਨੇ ਪੁਰਾਣੀ ਮੁਰਗੀਓ ਮੇ ਸੇ ਕੁਛ ਰੱਖ ਲਈ ਥੀ ਨਾ ਫੈਂਸੀ, ਤੋ ਇਹ ਵਹੀ ਹੈ। ਇਸਮੇ ਸੀਲ ਹੈ ਹਮਾਰੇ ਪਾਸ, ਇਹ ਨੇ ਇਹ ਵੋ ਪੁਰਾਣੇ ਹੀ ਚੂਜ਼ੇ ਹੈ ਹਮਾਰੇ, ਜੋ ਪਿਛਲੇ ਹਮਾਰੀ ਵੀਡੀਓ ਮੇ ਸਾਰੇ ਹੈ। ਇਨਮੇ ਸੇ ਕੁਛ ਫੈਂਸੀ ਹਮਨੇ ਰੱਖ ਲੀਏ ਥੇ, ਬਾਕੀ ਹਮਨੇ ਸਾਰੇ ਸੇਲ ਕਰ ਦੀਏ ਮਾਸ਼ਾਅੱਲਾ ਅੱਛੇ ਮੁਨਾਫੇ ਕੇ ਸਾਥ। ਇਨਸੇ ਵੀ ਮਿਲਣ ਜੀ, ਇਹ ਵੀ ਹਮਾਰੇ ਨਏ ਮਹਿਮਾਨ ਆਏ ਹੋਏ ਹੈ। ਸੋਚਾ ਅੱਜ ਵੀਡੀਓ ਬੜੀ ਦੇਰ ਕੇ ਬਾਅਦ ਬਣ ਰਹੀ ਹੈ, ਤੋ ਆਪਕੇ ਸਾਥ ਜੋ ਹੈ ਵੋ ਸ਼ੇਅਰ ਕਰੇ, ਕੌਣ ਕੌਣ ਨਯਾ ਮਹਿਮਾਨ ਆ ਗਿਆ ਹੋਇਆ। ਇਹ ਕਬੂਤਰ ਵੀ ਹਮ ਨਏ ਲੈ ਕੇ ਆਏ ਹਾਂ, ਅਬ ਕਿਉਂਕਿ ਨਏ ਚੂਜ਼ੇ ਆ ਰਹੇ ਹੈ। ਵੋ ਆਜ ਜਾਂ ਕੱਲ ਮੈਂ ਪਹੁੰਚ ਜਾਏਂਗੇ। ਬੋਲੋ, ਨਏ ਚੂਜ਼ੇ ਆ ਰਹੇ ਹੈ ਕਿਉਂਕਿ ਉਨਕੇ ਲਈ ਹਮਨੇ ਇਹ ਨਏ ਜੋ ਹੈ ਨਾ ਵੋ ਛੋਟੇ ਛੋਟੇ ਬਣਾਏ ਹੋਏ ਸਾਰੇ। नए चूजों के लिए नहीं बने, ये जो हमने फैंसी मुर्गियां रखी हैं, ये वो उसमें इसमें वो रखने जोड़े बना बना के, क्योंकि जौन सी ब्रीड हम रखेंगे फिर उनके अंडे हमें मिलेंगे। जी जी जी। हाँ जी, नए चूजों के और लिए। ये देखे माशाल्लाह से अंडे किधर है, ये देखे माशाल्लाह से अभी दे रही है। हाँ, तो और क्या है अंडे माशाल्लाह। मैंने इसलिए कहा था कि वो लगा दो बीच में, दवाई लगाते जाओ साथ साथ, क्योंकि साथ साथ हम लोग ना थोड़ी बहुत मेडिसिन जो है वो इनको देते हैं। इंशाल्लाह ताला नए चूज़े आते हैं तो फिर आपसे अगली वीडियो हम शेयर करेंगे। तो अभी के लिए हम इजाज़त चाहते हैं, अल्लाह हाफिज़।